ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। 30 ਦਸੰਬਰ ਨੂੰ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਚਲਦਿਆਂ ਜਿੱਥੇ ਵੱਖ ਵੱਖ ਰਾਜਸੀ ਪਾਰਟੀਆਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸੰਬੰਧੀ SDM ਫਗਵਾੜਾ ਮੇਜਰ ਡਾਕਟਰ ਸੁਮਿਤ ਮੋਦੀ ਅਗਵਾਈ ਹੇਠ ਸਮੂਹ BLO ਲਈ 3 ਦਿਨਾਂ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ਆਖਰੀ ਦਿਨ BLOs ਨੂੰ ਚੋਣਾਂ ਨੂੰ ਜਿੱਥੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ, ਉੱਥੇ BLO ਨੂੰ ਨਵੀਆਂ ਵੋਟਾਂ ਬਣਾਉਣ ਅਤੇ ਕਟਵਾਉਣ ਸੰਬੰਧੀ ਪੂਰੀ ਤਿਆਰੀ ਕਰਵਾਈ ਗਈ। ਸੈਮੀਨਾਰ ਦੌਰਾਨ EDC ਫਗਵਾੜਾ ਬਬੀਤਾ ਕਲੇਰ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਨੇ BLO ਨੂੰ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਕਰਵਾਉਣ ਦੀ ਅਪੀਲ ਕੀਤੀ। ਜਿਹੜਾ ਇਲੈਕਸ਼ਨ ਦਾ ਕੰਮ ਹੈ, ਇੱਕ ਬਹੁਤ ਹੀ ਇੰਪੋਰਟੈਂਟ, ਚਾਹੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੰਮ ਤੋਂ ਐਕਸਟਰਾ ਕੰਮ ਹੈ, ਬਟ ਇਹ ਐਕਸਟਰਾ ਕੰਮ ਨਹੀਂ ਹੈ। ਤੁਸੀਂ ਇੱਕ ਤਰ੍ਹਾਂ ਦੀ ਇਹਨੂੰ ਸੋਸ਼ਲ ਸਰਵਿਸ ਵੀ ਕਹਿ ਸਕਦੇ ਹੋ, ਤੁਹਾਡੀ ਡਿਊਟੀ ਵੀ ਕਹਿ ਸਕਦੇ ਹੋ, ਔਰ ਇੱਕ ਬਹੁਤ ਹੀ ਇੰਪੋਰਟੈਂਟ ਕੰਮ ਹੈ ਸਾਡੇ ਵਾਸਤੇ ਵੀ, ਕਿਉਂਕਿ ਤੁਹਾਡੇ ਕੀਤੇ ਹੋਏ ਕੰਮ ਦੇ ਨਾਲ ਅਸੀਂ ਵੀ ਇਫੈਕਟਿਡ ਹਾਂ, ਸੁਸਾਇਟੀ ਵੀ। ਜਦੋਂ ਤੁਸੀਂ ਸਹੀ ਵੋਟ ਬਣਾਉਂਦੇ ਹੋ, ਸਾਰੇ ਲੋਕ ਇਨਰੋਲ ਹੁੰਦੇ ਨੇ, ਅਤੇ ਤੁਹਾਨੂੰ ਪਤਾ ਹੈ ਕਿ ਇੱਕ ਵੋਟ ਦੇ ਨਾਲ ਕਿੰਨਾ ਕੁਛ ਚੇਂਜ ਹੋ ਜਾਂਦਾ ਹੈ ਨਾ। ਅਤੇ ਤੁਸੀਂ ਸਾਰੇ, ਮੈਂ ਪਿੱਛੇ ਜੇ ਤੁਹਾਡਾ ਰਿਵਿਊ ਕੀਤਾ ਸੀ, ਕੁਛ BLOs ਦਾ ਸਾਰੇ ਹੀ ਬੜੀ ਮਿਹਨਤ ਨਾਲ ਕੰਮ ਕਰਦੇ ਨੇ, ਬਹੁਤ ਹੀ ਸਹੀ ਤਰੀਕੇ ਦੇ ਨਾਲ ਕੰਮ ਜਿਹੜਾ ਹੁੰਦਾ ਹੈ ਨੇਪਰੇ ਚਾੜਨਾ ਹੁੰਦਾ, ਔਰ ਬੜੀ ਹੀ ਸੀਰੀਅਸਲੀ ਔਰ ਪ੍ਰੋਪਰ ਵੈਰੀਫਿਕੇਸ਼ਨ ਤੋਂ ਬਾਅਦ। ਜਿਹੜੇ ਨਵੇਂ BLOs ਨੇ, ਜੇ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਉਹ ਆਪਣੇ ਕਲੀਗਸ ਨੂੰ, ਆਪਣੇ ਨਾਲ ਵਾਲੇ ਸਾਥੀਆਂ ਨੂੰ ਪੁੱਛ ਕੇ, ਜੇ ਕੋਈ ਵੀ ਡਾਊਟ ਹੁੰਦਾ ਤਾਂ ਉਹਨਾਂ ਵਾਸਤੇ ਸਾਡੇ SDM ਦਫ਼ਤਰ ਦੇ ਵਿੱਚ ਜਿਹੜਾ ਵੀ ਸਟਾਫ ਹੈ, ਮੈਡਮ ਖੁਦ, ਅਸੀਂ, ਤਹਿਸੀਲਦਾਰ ਸਾਹਿਬ ਜਾਂ ਤੁਹਾਡੇ ਨਾਲ ਦੇ ਜਿਹੜੇ ਇਲੈਕਸ਼ਨ ਤਹਿਸੀਲਦਾਰ ਨੇ, ਹਮੇਸ਼ਾ ਹੀ ਅਵੇਲੇਬਲ ਹੈ। ਜੇ ਤੁਹਾਨੂੰ ਕਦੇ ਵੀ ਕੋਈ ਡਾਊਟ ਹੈ ਤਾਂ ਤੁਸੀਂ ਘਬਰਾਉਣਾ ਨਹੀਂ ਹੈ, ਹੈਜੀਟੇਟ ਵੀ ਨਹੀਂ ਕਰਨਾ, ਉਹਨੂੰ ਕਲੀਅਰ ਕਰਕੇ ਫਿਰ ਤੁਸੀਂ ਆਪਣਾ ਕੰਮ ਅੱਗੇ ਕੰਟੀਨਿਊ ਕਰਨਾ। ਇਸ ਦੌਰਾਨ ਗੱਲਬਾਤ ਕਰਦਿਆਂ SDM ਫਗਵਾੜਾ ਮੇਜਰ ਡਾਕਟਰ ਸੁਮਿਤ ਮੋਦ ਨੇ ਕਿਹਾ ਕਿ ਇਹਨਾਂ ਚੋਣਾਂ ਨੂੰ ਲੈ ਕੇ ਸਮੂਹ BLO ਨੂੰ ਹਮੇਸ਼ਾ ਹੀ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਉਸ ਡਿਊਟੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਇਹਨਾਂ ਚੋਣਾਂ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਆਵੇ ਤਾਂ ਉਹ ਸਿੱਧੇ ਹੀ ਉਹਨਾਂ ਦੇ ਦਫ਼ਤਰ ਵਿੱਚ ਚੋਣ ਇੰਚਾਰਜ ਮੈਡਮ ਪਰਮਜੀਤ ਕੌਰ ਜਾਂ ਫਿਰ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਤਾਂ ਜੋ ਉਹ ਆਪਣੀ ਮਰਜ਼ੀ ਦੇ ਉਮੀਦਵਾਰ ਚੋਣ ਕਰ ਸਕਣ। ਅਸੀਂ ਇਲੈਕਸ਼ਨ ਕਮਿਸ਼ਨ ਨੇ ਇੱਕ ਚਿੱਠੀ ਜਾਰੀ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਹਦਾਇਤ ਕੀਤੀ ਸੀ ਕਿ ਸਾਰੇ BLOs ਜਿਹੜੇ ਨੇ ਉਹਨਾਂ ਨੂੰ ਅੱਜ ਬੁਲਾਇਆ ਜਾਏਗਾ, ਉਹਨਾਂ ਤੋਂ ਡਰਾਫਟ ਰੋਲ ਦੀ ਇੱਕ ਤਾਂ ਚੈਕਿੰਗ ਕਰਾਈ ਜਾਏਗੀ, ਦੂਸਰਾ ਜਿਹੜੇ BLOs ਨਵੇਂ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏਗੀ, ਅਤੇ ਤੀਸਰਾ ਕਿ ਉਹਨਾਂ ਨੂੰ ਅੱਗੇ ਦੀ ਗਾਈਡਲਾਈਨਸ ਲਈ ਜਾਣੂ ਕਰਵਾਇਆ ਜਾਏਗਾ। ਸੋ ਪਿਛਲੇ 3 ਦਿਨਾਂ ਤੋਂ ਅਸੀਂ ਸੈਮੀਨਾਰਸ ਕਰ ਰਹੇ ਹਾਂ, 10, 11, 12 ਨੂੰ ਅਸੀਂ ਮਿਊਂਸੀਪਲ ਕਾਰਪੋਰੇਸ਼ਨ ਦੇ ਹਾਲ ਵਿੱਚ 3 ਸੈਮੀਨਾਰਸ ਕੀਤੇ ਸੀਗੇ। ਮੈਂ ਉਹ ਸੈਮੀਨਾਰ ਤਾਂ ਪਹਿਲਾਂ ਵੀ ਕਰਵਾ ਲਏ ਸੀ ਕਿਉਂਕਿ ਅੱਜ ਇੱਕ ਦਿਨ ਦੇ ਵਿੱਚ ਕਈ ਵਾਰੀ ਹੁੰਦਾ ਕਿ ਸਾਰੇ ਲੋਕ ਨਹੀਂ ਆ ਪਾਉਂਦੇ ਜਾਂ ਸਾਰਿਆਂ ਨੂੰ ਵੱਡੀ ਗੈਦਰਿੰਗ ਦੇ ਵਿੱਚ ਸਮਝ ਨਹੀਂ ਆ ਪਾਉਂਦੀ, ਤਾਂ ਛੋਟੇ ਬੈਚਸ ਦੇ ਵਿੱਚ ਟ੍ਰੇਨਿੰਗ ਕਮ ਸੈਮੀਨਾਰ ਮੈਂ ਆਲਰੇਡੀ ਕਰ ਚੁੱਕੀ ਸੀ, ਪਰ ਅੱਜ ਅਸੀਂ ਇੱਕ ਕੰਬਾਈਂਡ ਸੈਮੀਨਾਰ ਕਰਵਾਇਆ, ਬਿਕੋਜ਼ ਨਵੇਂ BLOs ਤਾਂ ਥੋੜ੍ਹੇ ਜਿਹੇ ਨੇ ਸਾਡੇ, ਬਟ ਉਹਨਾਂ ਦੇ ਬਹਾਨੇ ਦੇ ਨਾਲ ਜੇ ਪੁਰਾਣਿਆਂ ਨੂੰ ਵੀ ਇੱਕ ਵਾਰੀ ਬ੍ਰਸ਼ਅਪ ਹੋ ਜਾਂਦਾ, ਸੋ ਸਾਰਿਆਂ ਨੂੰ ਹੀ ਅਸੀਂ ਟ੍ਰੇਨਿੰਗ ਅੱਜ ਦਿੱਤੀ ਹੈ, ਅਤੇ ਨਾਲ ਹੀ ਉਹਨਾਂ ਨੂੰ ਜਿਹੜੀਆਂ ਨਵੀਆਂ ਗਾਈਡਲਾਈਨਸ ਹੈ ਉਹਨਾਂ ਬਾਰੇ ਜਾਣੂ ਕਰਵਾਇਆ ਗਿਆ। ਇਲੈਕਸ਼ਨ ਕਮਿਸ਼ਨ ਦਾ 3-4 ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਆ ਰਿਹਾ ਇਸ ਵਾਰੀ ਕਿ 18 ਤੋਂ 19 ਸਾਲ ਦੇ ਜਿਹੜੇ ਵੋਟਰ ਨੇ ਉਹਨਾਂ ਦੀ ਇਨਰੋਲਮੈਂਟ ਕਿੰਨੀ ਹੈ, ਜਿਹੜੇ ਡਿਸਬਿਲਟੀਜ਼ ਵਾਲੇ ਪਰਸਨਸ ਵਿਦ ਡਿਸਬਿਲਟੀਜ਼ ਨੇ, ਫਿਰ ਇੱਕ ਨਵੀਂ ਚੀਜ਼ ਅੱਜ ਕੱਲ੍ਹ ਆਈ ਹੈ ਸਾਹਮਣੇ, ਡੈਮੋਗ੍ਰਾਫਿਕਲੀ ਸਿਮਿਲਰ ਐਂਟਰੀਜ਼, ਉਹਨਾਂ ਬਾਰੇ ਅਸੀਂ ਜਾਣੂ ਕਰਵਾਇਆ ਉਹਨਾਂ ਨੂੰ ਕਿਵੇਂ ਹੈਂਡਲ ਕਰਨਾ ਹੈ, ਉਹਦਾ ਜਿਹੜਾ ਬੈਕਡ੍ਰੋਪ ਵਾਲਾ ਸਾਰਾ ਕੰਮ ਹੈ ਅਸੀਂ ਆਫਿਸ 'ਚ ਹੀ ਕਰਵਾ ਰਹੇ ਹਾਂ, ਸੋ ਦੈਟ ਕਿ 99% ਕੰਮ ਜਿਹੜਾ ਕੰਪਿਊਟਰ 'ਤੇ ਬੈਠ ਕੇ ਮੇਰਾ ਸਟਾਫ ਕਰ ਲਏ, BLOs ਨੂੰ ਥੋੜ੍ਹੀ ਘੱਟ ਪਰੇਸ਼ਾਨੀ ਹੋਏ। ਫਿਰ ਵੀ ਜੇ ਕੁਛ ਡੈਮੋਗ੍ਰਾਫਿਕਲੀ ਸਿਮਿਲਰ ਐਂਟਰੀ ਸਾਨੂੰ ਮੈਚ ਹੁੰਦੀਆਂ ਨੇ ਤਾਂ ਹੀ ਅਸੀਂ ਉਹਨਾਂ ਨੂੰ ਦਿੰਦੇ ਹਾਂ। ਫਿਰ ਅਸੀਂ ਉਹਨਾਂ ਨੂੰ ਐਬਸੈਂਟ ਸ਼ਿਫਟਿਡ ਡੈਡ ਵੋਟਰਸ ਬਾਰੇ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਵੋਟਸ ਕੱਟਣੀਆਂ ਨੇ, ਕਿਸ ਤਰ੍ਹਾਂ ਕੋਰਟਸ ਬਣਾਉਣੀਆਂ ਨੇ। NRI ਵੋਟਰਸ ਨੂੰ ਵੱਧ ਤੋਂ ਵੱਧ ਐਨਰੋਲ ਕਰਨ ਲਈ ਅਸੀਂ ਇਹਨਾਂ ਨੂੰ ਜਾਗਰੂਕ ਕੀਤਾ ਹੈ। ਲੇਡੀਜ਼ ਜਿਹੜੀਆਂ ਨੇ, ਫੀਮੇਲ ਵੋਟਰਸ, ਉਹਨਾਂ ਨੂੰ ਸਪੈਸ਼ਲੀ ਐਨਰੋਲ ਕਰਵਾਉਣ ਵਾਸਤੇ ਅਸੀਂ ਇਹਨਾਂ ਨੂੰ ਜਾਗਰੂਕ ਕੀਤਾ ਹੈ। ਅਤੇ ਜਿਹੜੇ ਇਹਨਾਂ ਦੇ ਡਾਊਟ ਸੀਗੇ BLOs ਦੇ, ਕੁਛ ਡਾਊਟਸ ਰਹਿ ਜਾਂਦੇ ਨੇ, ਉਹ ਅੱਜ ਡਾਊਟ ਕਲੀਅਰਿੰਗ ਸੈਸ਼ਨ ਵੀ ਅਸੀਂ ਨਾਲ ਰੱਖਿਆ ਹੈ, ਅਤੇ ਅਸੀਂ ADC ਮੈਡਮ ਨੂੰ ਵੀ ਰਿਕੁਐਸਟ ਕੀਤੀ ਸੀ, ਉਹਨਾਂ ਨੇ ਵੀ ਆਪਣਾ ਟਾਈਮ ਕੱਢ ਕੇ ਅੱਜ ਇਹਦੇ ਵਿੱਚ ਸ਼ਿਰਕਤ ਕੀਤੀ ਹੈ। ਸਾਰੇ BLOs ਦਾ ਕਾਫੀ ਸਪੋਰਟਿਵ ਰਿਹਾ ਹੈ, ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿੱਤਾ ਹੈ, ਆਪਣੇ ਜਿਹੜੇ ਉਹਨਾਂ ਦੇ ਸ਼ੱਕਸ਼ੁਬਾ ਰਹੇ ਨੇ, ਜਿਹੜੇ ਡਾਊਟਸ ਰਹੇ ਨੇ, ਸਾਰਿਆਂ ਨੇ ਬਹੁਤ ਖੁੱਲ੍ਹ ਕੇ ਸਾਡੇ ਨਾਲ ਸਾਂਝੇ ਕੀਤੇ ਨੇ, ਐਂਡ ਮੇਰੇ ਸਟਾਫ ਨੇ, ਮਾਸਟਰ ਟ੍ਰੇਨਰਸ ਨੇ ਵੀ, ਅਤੇ ਮੈਂ ਖੁਦ, ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਜਿੰਨੇ ਵੀ ਡਾਊਟਸ ਅਸੀਂ ਕਲੀਅਰ ਕਰ ਪਾਈਏ। ਮੈਨੂੰ ਉਮੀਦ ਹੈ ਕਿ ਜਿਹੜਾ ਹੁਣ ਇਲੈਕਸ਼ਨ ਦਾ ਪ੍ਰੋਸੈਸ ਹੈ ਉਹ ਵਧੀਆ ਤਰੀਕੇ ਨਾਲ ਚੱਲੇਗਾ, ਸਾਡੇ ਸਾਰਿਆਂ ਵੱਲੋਂ ਜੁਆਇੰਟ ਐਫਰਟਸ ਕੀਤੇ ਜਾ ਰਹੇ ਨੇ, ਅਤੇ ਮੈਂ ਆਮ ਜਨਤਾ ਨੂੰ ਵੀ ਅਪੀਲ ਕਰਦੀ ਹਾਂ ਕਿ ਜਿਨ੍ਹਾਂ ਦੀਆਂ ਵੋਟਸ ਨਹੀਂ ਬਣੀਆਂ ਹੋਈਆਂ, ਖਾਸ ਕਰ ਜਿਹੜੇ 18 ਸਾਲ ਤੋਂ ਉੱਪਰ ਨੇ ਜਾਂ ਜਿਹੜੇ 1 ਜਨਵਰੀ 2019 ਨੂੰ 18 ਸਾਲ ਦੇ ਹੋ ਰਹੇ ਨੇ, ਉਹ ਆਪਣੀ ਵੋਟ ਬਣਾਉਣ,
क्योंकि वोट बनाने का अधिकार एक बहुत वड्डा अधिकार है। तुसी सुनिया होएगा कि सारे पहले जो तो गुलामी तो बाद असी आज़ाद हुए हैं, आज़ादी का सब तो वड्डा जिहड़ा बेनीफिट है या तुसी कहो कि सब तो वड्डी पावर है वो डेमोक्रेसी है। डेमोक्रेसी की है कि गवर्नमेंट ऑफ द पीपल फॉर द पीपल बाय द पीपल। बाय द पीपल कदों होएगी जो असी वोट पावांगे। क्रिब करना बहुत सौखा है कि भाई सरकार ये नहीं कर रही, यह प्रॉब्लम्स ने वो प्रॉब्लम्स ने, तो सरकार नू कौन चुनता है? आम जनता ही चुनती है। मैं चाहनी हाँ कि सारे जिहड़े लोग ने वो अपने आप नू एनरोल करवान, वोटर बनन, अपने वोट का सही इस्तेमाल करन ताकि जिहड़ा है कि जिहड़ा साडा देश है वो अगे होर तरक्की करे। मेरी यही उम्मीद है कि सारे जिहड़ा आम जनता है वो साडे बढ़ चढ़ के साडे स्वीप मुहिम दे विच भी हिस्सा लेगी, वोटा बनाउण दे विच साडा बहुत हैल्प करेगी एंड अपने जिहड़े वोट मतदाता जिहड़े ने अपना वोट पाउण दे अधिकार दा भरपूर उपयोग करन। ब्यूरो रिपोर्ट सांझ टीवी। दिलां दी सांझ ते मोहब्बतां दे पैगाम वंडदा पंजाब पंजाबीयत नाल भरपूर सांझ टीवी। विदेशां च बैठे अपणियां नूं देश दी मिट्टी नाल जोड़दा सांझ टीवी। धार्मिक प्रोग्राम, सभ्याचारक मेले, व्याह शादी, छिंज मेले, कबड्डी टूर्नामेंट दा लाइव ब्रॉडकास्ट देश विदेश विच करवाउण लई डीजी केबल फगवाड़ा अते सांझ टीवी नाल संपर्क करो।